ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਆਈ ਹੋਪ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ। ਮੈਂ ਵੀ ਬਹੁਤ ਠੀਕ ਹਾਂ ਚੜ੍ਹਦੀ ਕਲਾ 'ਚ। ਅਤੇ ਅੱਜ ਹੈਗਾ ਦਿਨ ਸੰਡੇ ਅਤੇ ਸ਼ਾਮ ਦੇ ਵੱਜ ਗਏ ਨੇ 5:30। लुधियाने जिहड़ी की आपां कह सकदे आ बहुत फेमस मार्केट, जिहड़ी जिंद जान आपां कह सकदे आ लुधियाने दी, ओह हैगी किप्स मार्केट। जोर जोर से बोल के लोगों को स्कीमें बता दे। मैनू प्रभ ने दस्या वा कहिंदा लुधियाने बहुत मशहूर किप्स मार्केट हैगी आ, मतलब बहुत ज्यादा उत्थे इन्नियां वधिया वधिया चीजां हैगियां ने। ते अज तुहानू किप्स मार्केट दिखावांगे, उत्थे खावां पीवांगे कुछ, हेरा फेरी करन जावांगे, उत्थे हेरा फेरी दिखावांगे तुहानू चीज। ते बहुत वधिया मार्केट आ, घुमांगे पानी शान करांगे। ਤੁਸੀਂ ਵੀਡੀਓ ਚ ਬਣੇ ਰਹੋ ਲਗਾਤਾਰ, ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ, ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ, ਕਮੈਂਟ ਵੀ ਕਰਨ ਲੈ ਕੇ ਜਾਊਗਾ। ਮੈਨੂੰ ਵੀ ਨਹੀਂ ਪਤਾ ਕਿਪਸ ਮਾਰਕੀਟ ਹੈਗੀ ਕਿੱਥੇ ਆ, ਤੇ ਪ੍ਰਭ ਨੂੰ ਵੀ ਪਤਾ ਵੀ ਨਹੀਂ, ਮੈਨੂੰ ਦੱਸਿਆ ਸੀ ਤੇ ਆਪਾਂ ਬਲੌਗ ਸ਼ੂਟ ਕਰਾਂਗੇ। ਤੇ ਇੱਕ ਗੱਲ ਹੋਰ, ਹੁਣ ਹਰ ਮਤਲਬ ਵੀਕਐਂਡ ਤੇ ਆਪਾਂ ਇੱਕ ਪੱਕਾ ਬਲੌਗ ਬਣਾਇਆ ਕਰਾਂਗੇ, ਫੂਡ ਬਲੌਗ ਪੱਕਾ ਹੀ। ਆਈ ਪ੍ਰੋਮਿਸ ਵੀਡੀਓ ਕਿ ਆਪਾਂ ਪੱਕਾ ਇੱਕ ਬਲੌਗ ਬਣਾਇਆ ਹੀ ਕਰਾਂਗੇ, ਤੇ ਤੁਸੀਂ ਸਪੋਰਟ ਕਰਨਾ ਵਾ, ਠੀਕ ਆ। ਤੇ ਆਪਾਂ ਹੁਣ ਕਰੋ ਤੁਰਦੇ ਆ, ਹੁਣ ਮੈਂ ਪ੍ਰਭ ਦੇ ਘਰੇ ਆਇਆ ਹੋਇਆ ਸੀਗਾ, ਐਕਟੀਵਾ ਬਾਹਰ ਖੜੀ ਆ, ਤੇ ਆਪਾਂ ਐਕਟੀਵਾ ਤੇ ਚੱਲਦੇ ਆ, ਠੀਕ ਹੈ। लुधियाने दी बड़ी खास किप्स मार्केट हैगी आ, ते एक्टिवा इत्थे आपां करती आ पार्क। ते हुण आपां चलदे आ, ते पहला आपां राउंड लगा लैणे आ सारियां दुकानां ते, ते फिर आपां डिसाइड करांगे की खाणा की पीणा, ते नाल तुहानूं वी दिखावांगे। आइओ चलिए फिर आपां चलदे आ। ते वैसे डिसाइड करके आए थे भी आपां ना हेरा फेरी उदे बहुत मशहूर हैगी आ, ते हेरा फेरी वाले जाके आवांगे। ते प्रभ कहिंदा आपां कैनेडियन पिज़्ज़ा खाणा, मैं कहा चलो देख लैने आ। क्यों प्रभ? हां अच्छा, एक गल होर देख लो, मैनू कहिंदा भी किप्स मार्केट चलदे आ, ते वधिया आप नूं भी एड्रैस नहीं पता। राज फिर गूगल मैप खोलिया फिर पता लग गया। मैं एक दो वारी आया वा, इत्थों शुरू हो जांदी आ क्या बातां, ਬਹੁਤ ਹੀ ਵਧੀਆ ਹਨਾ, ਘੁੰਮਣ ਫਿਰਨ ਨੂੰ ਤਾਂ ਵਧੀਆ ਨਾ। ਵੀਕਐਂਡ ਤੇ ਤਾਂ ਬਾਲੇ ਨਿਆਰੇ ਵਾਲੇ ਕੰਮ ਨੇ ਉਰੇ ਯਾਰਾਂ ਮਿੱਤਰਾਂ ਨਾਲ ਘੁੰਮਣ ਨੂੰ, ਤੇ ਬਾਕੀ ਟਰਾਈ ਕਰਦੇ ਆ, ਰਸ਼ ਵੀ ਕਾਫੀ ਹੈਗਾ ਵਾ। ਟੈਟੂ ਵੀ ਹੈਗਾ, ਟੈਟੂ ਵੀ ਬਣਵਾਵਾਂਗੇ। ਵੈਸੇ ਮੈਂ ਸੋਚ ਰਿਹਾ ਵਾ ਗਵਲੀ ਉਂਗਲ ਦੇ ਬਣਵਾਵਾਂਗੇ ਟੈਟੂ, ਕਰਾਊਨ ਵਾਲਾ ਬਣਾਉਣਾ ਕਰਾਊਨ ਵਾਲਾ। ਹੇਰਾ ਫੇਰੀ ਦੇ ਪਹਿਲਾਂ ਜਾ ਕੇ ਆਉਂਦੇ ਹਾਂ, ਉੱਥੇ ਟਰਾਈ ਕਰਦੇ ਹਾਂ। ਅਤੇ ਹੇਰਾ ਫੇਰੀ ਤੁਸੀਂ ਫਿਲਮ ਵੀ ਦੇਖੀ ਹੋਊਗੀ, ਦੇਖੀ ਆ ਹੇਰਾ ਫੇਰੀ? ਸ਼ਾਇਦ ਦੇਖੀ, ਮੈਨੂੰ ਨਾ ਯਾਦ ਨਹੀਂ। ਹੇਰਾ ਫੇਰੀ ਫਿਲਮ ਵੀ ਹੈਗੀ ਹੈ। ਰਾਜੂ, ਇਹ ਰਾਜੂ ਬਾਬਾ, ਇੱਕ ਤੇਰਾ ਦੋ ਮੇਰਾ, ਮਾਲ ਮੈਂ ਤੇਰਾ ਬਾਪ ਕੋ ਮਾਸੀ ਕਾ ਚੱਲ। ਇੱਥੇ ਸਾਰੀ ਕਾਰ ਪਾਰਕਿੰਗ ਹੈਗੀ ਆ, ਅਤੇ ਬਾਕੀ ਨਹੀਂ ਆ ਬਸ। ਬਾਕੀ ਯਾਰ ਗਰਮੀ ਬਹੁਤ ਆ ਨਾ, ਗਰਮੀ ਕਰਕੇ ਬਹੁਤ ਹਵਾ ਵੀ ਨਹੀਂ ਚੱਲ ਰਹੀ, ਪਸੀਨੇ ਪਸੀਨੇ ਹੋਏ ਪਏ ਪੂਰੇ, ਤੇ ਤੁਸੀਂ ਫੇਸ ਨੂੰ ਥੋੜਾ ਇਗਨੋਰ ਕਰਿਓ। ਕਿਉਂਕਿ ਸੋਰੀ, ਉਹ ਦੇਖੋ ਸਾਹਮਣੇ ਐਡਵਰਟਾਈਜ਼ਮੈਂਟ, ਠੀਕ ਆ। ਇੱਥੇ ਰਾਤ ਨੂੰ ਤਾਂ ਮਿੱਤਰੋ ਬਹੁਤ ਨਿਆਰੇ ਕੰਮ ਨੇ ਉਰੇ, ਰਾਤ ਨੂੰ ਤਾਂ ਪੈਰ ਰੱਖਣ ਦੀ ਥਾਂ ਨਹੀਂ ਹੁੰਦੀ ਮੂਰੇ, ਨਾਲੇ ਲਾਈਟਿੰਗ ਵੀ ਬਹੁਤ ਵਧੀਆ ਆ ਰਹੀ। ਹੇਰਾ ਫੇਰੀ ਆਪਾਂ ਇੱਥੇ ਆਵਾਂਗੇ ਦੁਬਾਰਾ, ਪਹਿਲਾਂ ਆਪਾਂ ਅੱਗੇ ਤੱਕ ਤੁਹਾਨੂੰ ਦਿਖਾਉਂਦੇ ਆ ਹੇਰੇ ਫੇਰੀ ਜਿੱਥੇ ਆਪਾਂ ਜਾਣਾ। ਲੋ ਜੀ ਆਪਾਂ ਆ ਗਏ ਹੇਰਾ ਫੇਰੀ, ਤੇ ਆ ਦੇਖੋ ਹੇਰਾ ਫੇਰੀ, ਆਹ ਬਾਤਾਂ। ਇਹ ਹੈਗਾ ਮੈਨੂ ਇਹਦਾ ਭਾਜੀ, ਸਭ ਤੋਂ ਜਿਹੜੀ ਹੋਟ ਸੈਲਿੰਗ ਤੁਹਾਡੀ ਚੀਜ਼ ਕਿਹੜੀ ਵਧੀਆ? ਸਭ ਤੋਂ ਹੋਟ ਸੈਲਿੰਗ ਚੀਜ਼ ਬ੍ਰੋ, ਡਿਸਕੋਟਰੀ ਟਰਾਈ ਕਰ ਸਕਦੇ ਹੋ। ਚਾਰ ਚੀਜ਼ਾਂ ਮਿਕਸ ਹੋਣਗੀਆਂ ਇਹਦੇ ਵਿੱਚ, ਪੈਰੀ ਪੈਰੀ ਫਰਾਈਜ਼, ਨਗੇਟਸ, ਚਿੱਲੀ ਗਾਰਲਿਕ, ਚਾਰ ਚੀਜ਼ਾਂ ਮੇਨ ਮੈਨੂ। ਓਕੇ, ਸਭ ਤੋਂ ਹੋਟ ਸੈਲਿੰਗ ਹੈ ਸਰ ਸਪਾਈਰਲਸ, ਆਪਣੇ ਬਹੁਤ ਫੇਮਸ ਨੇ ਸਪਾਈਰਲਸ, ਜੋ ਸਪਾਈਰਲ ਕਿੰਗ, ਨੈਚੋ, ਜ਼ੂਡੀ ਬਾਬਾ ਸਪਾਈਰਲ, ਇਹ ਵੀ ਬਹੁਤ ਅੱਛਾ ਹੈ। ਇਹ ਸਾਰੇ ਮੈਨਿਊ ਦੇ ਵਿੱਚ ਤੁਸੀਂ ਕੁਛ ਵੀ ਟਰਾਈ ਕਰ ਸਕਦੇ ਹੋ। ਓਕੇ, ਰੈਸਟ ਆਫ ਆਪਣੇ ਮੋਮੋਜ਼ ਬਹੁਤ ਅਲਟੀਮੇਟ ਨੇ, ਮੋਮੋਜ਼ ਜ਼ਰੂਰ ਟਰਾਈ ਕਰੋਗੇ। ਤੁਸੀਂ ਆ ਕਰੇ ਸੀਗੇ
ਗੋਲਡ ਕੋਰਨ ਹੈਗਾ ਵਾ ਤੇ ਸੋਇਆ ਪਨੀਰ ਸ਼ਾਇਦ ਨੋਰਮਲ ਪਨੀਰ ਆ ਤੇ ਪਿਆਜ਼ ਆ ਤੇ ਬਹੁਤ ਵਧੀਆ ਡਿਲੀਸ਼ੀਅਸ ਹੈਗਾ ਤੁਸੀਂ ਜਦੋਂ ਵੀ ਆਉਂਗੇ ਟਰਾਈ ਜ਼ਰੂਰ ਕਰਿਓ ਮਜ਼ਾ ਆ ਗਿਆ ਬਹੁਤ ਵਧੀਆ ਘੈਂਟ ਚਲੋ ਅਸੀਂ ਹੁਣ ਖਾਂਦੇ ਹਾਂ ਅਤੇ ਇੰਜੋਏ ਕਰਦੇ ਹਾਂ ਤੁਸੀਂ ਵੀਡੀਓ ਦੇਖ ਲਿਓ ਲਾਈਕ ਕਰਦੇ ਸ਼ੇਅਰ ਕਰ ਭਾਅ ਜੀ ਨੇ ਬਣਾਇਆ ਵਾ ਬਹੁਤ ਵਧੀਆ ਬਣਾਇਆ ਭਾਅ ਜੀ ਨੇ ਅਤੇ ਭਾਅ ਜੀ ਬਹੁਤ ਵਧੀਆ ਬਣਾਇਆ ਭਾਅ ਜੀ ਸਵਾਦ ਆ ਗਿਆ ਅਤੇ ਇਹ ਸ਼ੈਫ ਨੇ ਇਸ ਇੱਥੇ ਹੇਰਾ ਫੇਰੀ ਦੇ ਇਹ ਹੇਰਾ ਫੇਰੀ ਕਰਦੇ ਨੇ ਲੋਕਾਂ ਦੇ ਨਾਲ ਲੋਕਾਂ ਦੇ ਦਿਲ ਜਿੱਤਦੇ ਨੇ ਹੇਰਾ ਫੇਰੀ ਦੇ ਨਾਲ ਅਤੇ ਭਾਅ ਜੀ ਬਹੁਤ ਮਜ਼ਾ ਆਇਆ ਥੈਂਕ ਯੂ ਬਹੁਤ ਮਜ਼ਾ ਭਾਅ ਜੀ ਬਹੁਤ ਘੈਂਟ ਬਹੁਤ ਵਧੀਆ ਬਣਾਉਂਦੇ ਓਕੇ ਭਾਅ ਜੀ ਹਾਂਜੀ ਅਸੀਂ ਹੁਣ ਆ ਗਏ ਹਾਂ ਬਾਹਰ ਅਤੇ ਅਸੀਂ ਖਾਧਾ ਸੀਗਾ ਡਿਸਕੋ ਟ੍ਰੇ ਅਤੇ ਚੀਟੋਸ ਮੋਮੋਸ ਬਹੁਤ ਵਧੀਆ ਬਣਾਏ ਸੀ ਭਾਅ ਜੀ ਨੇ ਅਤੇ ਮੈਂ ਕਹਿੰਦਾ ਬਹੁਤ ਹਿੱਟ ਹੈ ਅਤੇ ਜਿਹੜਾ ਪ੍ਰਾਈਸ ਹੈਗਾ ਵਾ ਭਾਅ ਜੀ ਦਾ ਜੀ ਇੱਥੋਂ ਤੁਸੀਂ ਆਓਗੇ ਥੱਲੇ ਹੈਗੀ ਆ ਸ਼ੋਪ ਅਤੇ ਇਹ ਹੈਗੀ ਆ ਟਿਪਸ ਮਾਰਕੀਟ ਦੇ ਵਿੱਚ ਹੈਗੀ ਆ ਅਤੇ ਸਰਦਾਰ ਸਟੋਰ ਦੇ ਬਿਲਕੁਲ ਸਾਹਮਣੇ ਭਾਅ ਜੀ ਬਹੁਤ ਵਧੀਆ ਬਣਾਇਆ ਬਹੁਤ ਹਿੱਟ ਹੈ ਮੈਂ ਕਹਿੰਦਾ ਅਤੇ ਜੋ ਜਦੋਂ ਵੀ ਤੁਸੀਂ ਕਿਪਸ ਇੱਥੇ ਲੁਧਿਆਣੇ ਮੈਂ ਕਹਿੰਦਾ ਤੁਸੀਂ ਜਦੋਂ ਲੁਧਿਆਣੇ ਆਓ ਨਾ ਇੱਕ ਵਾਰੀ ਕਿਪਸ ਮਾਰਕੀਟ ਹੇਰਾ ਫੇਰੀ ਜ਼ਰੂਰ ਆਓ ਖੁਸ਼ ਹੋ ਕੇ ਜਾਓਗੇ ਵੀਡੀਓ ਲਾਈਕ ਕਰ ਦਿਓ ਜੇ ਤੁਸੀਂ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਿਓ ਖੁਸ਼ ਹੋ ਕੇ ਜਾਓਗੇ ਤਾਂ ਖੁਸ਼ ਕਰਕੇ ਭੇਜਣਗੇ ਭਾਅ ਜੀ ਨੂੰ ਅਤੇ ਓਕੇ ਸਰ ਓਕੇ ਭਾਅ ਜੀ ਓਕੇ ਗਿਟਾਰ ਵਜਾ ਰਹੇ ਨੇ ਗਿਟਾਰ ਅਸੀਂ 5:30 ਵਜੇ ਤੁਰੇ ਸੀ 7 ਵੱਜ ਗਏ ਅਤੇ ਘੰਟਾ ਅਸੀਂ ਹੇਰਾ ਫੇਰੀ 'ਚ ਲਗਾ ਤਾ ਹੈਗਾ ਅਤੇ ਇੱਥੇ ਵੀ ਜਾਵਾਂਗੇ ਬਿਲ ਫਰਾਂਸ ਇੱਥੇ ਵੀ ਆਪਾਂ ਇੱਕ ਦਿਨ ਟਰਾਈ ਜ਼ਰੂਰ ਕਰਾਂਗੇ ਬਹੁਤ ਵਧੀਆ ਵੈਸੇ ਲੱਗ ਰਿਹਾ ਵਾ ਅਤੇ ਬਾਕੀ ਅਸੀਂ ਫੋਟੋਆਂ ਖਿੱਚਣੀਆਂ ਫੋਟੋ ਸ਼ੂਟ ਕਰਨੀਆਂ ਨੇ 7-8 ਫੋਟੋਆਂ
ਸੱਤ ਅੱਠ ਦਾ ਨਹੀਂ ਬਸ 70-80 ਫੋਟੋਆਂ ਹੋ ਜਾਣੀਆਂ ਨੇ ਉਹਦੇ ਵਿੱਚ ਸਿਰਫ ਉਹਦੇ ਵਿੱਚ ਸਿਰਫ 7-8 ਜਾ ਕੇ ਸਿਲੈਕਟ ਹੋਣਗੀਆਂ ਤੇ ਬੰਦਾ ਜਿਹੜਾ ਮੇਰੇ ਨਾਲ ਹੈਗਾ ਇਹ ਥੋੜਾ ਜਿਹਾ ਕਮਜ਼ੋਰ ਆ ਫੋਟੋਗ੍ਰਾਫਰੀ ਚ ਆਪਣੀ ਫੋਟੋ ਤਾਂ ਵਧੀਆ ਖਿਚਾ ਰਿਹਾ ਮੇਰੇ ਤੋਂ ਬਟ ਮੇਰੀਆਂ ਨਹੀਂ ਵਧੀਆ ਖਿੱਚ ਰਿਹਾ ਦੇਖੀ ਮੇਰੀਆਂ ਨਹੀਂ ਵਧੀਆ ਖਿੱਚ ਰਿਹਾ ਹੈਗਾ ਰੱਬ ਝੂਟੇ ਲੈ ਲਓ ਇਹਦੇ ਚ ਮੈਂ ਨਹੀਂ ਲੈਣੇ ਤੁਸੀਂ ਲੋਕ ਮੇਰਾ ਪਰ ਜ਼ਿਆਦਾ ਦੇਖੋ ਜਵਾਕਾਂ ਵਾਸਤੇ ਝੂਟੇ ਫ੍ਰੀ ਹੋ ਲੋ ਜੀ ਫੋਟੋਆਂ ਸ਼ੂਟ ਆਪਾਂ ਕਰ ਲਈਆਂ ਨੇ ਤੇ ਹੁਣ ਪ੍ਰਭ ਕਹਿੰਦਾ ਮੈਂ ਝੂਲੇ ਲੈਣੇ ਨੇ ਪ੍ਰਭ ਚੰਡੋਲ ਆ ਦੇਖੋ ਚੰਡੋਲ ਦੇ ਪ੍ਰਭ ਨੂੰ ਝੂਟੇ ਲੈਣੇ ਆਪਾਂ ਤੁਸੀਂ ਲੈਣੇ ਕੋਈ ਨੀ ਜੇ ਪ੍ਰਭ ਤੂੰ ਇੱਕ ਚ ਬਹਿ ਗਿਆ ਨਾ ਉਹਨੇ ਭਾਈ ਨੇ ਤੱਕ ਜਾਣਾ ਇਹਨੂੰ ਉੱਤੇ ਉੱਤੇ ਘੁਮਾਣ ਦੋਗੇ ਹਨਾ ਪ੍ਰਭ ਤੁਸੀਂ ਮੈਂ ਪ੍ਰਭ ਗੱਲ ਕਰਕੇ ਆਉਣਾ ਵਾ ਉਹ ਕਹਿੰਦਾ ਉਹ ਭਾਈ ਪਤਾ ਕਹਿੰਦਾ ਕਹਿੰਦਾ ਮੈਂ ਸਾਰੇ ਜਵਾਕਾਂ ਦੇ ਪ੍ਰਭ ਕੋਲੋਂ ਪੈਸੇ ਵਸੂਲ ਲੈਣੇ ਆ ਮੈਨੂੰ ਇੱਕ ਇੱਕੋ ਹੀ ਕਹਿੰਦਾ ਬੋਲ ਆ ਓਕੇ ਆ ਦੇਖੋ ਝੂਲੇ ਲੱਗੇ ਹੋਏ ਨੇ ਯਾਰ ਪ੍ਰਭ ਨੂੰ ਮੈਂ ਕਿੰਨਾ ਕਿਹਾ ਤੂੰ ਨਾ ਰਹਿ ਜਵਾਕਾਂ ਵਾਲੇ ਝੂਲੇ ਜਵਾਕਾਂ ਵਾਲੇ ਹਟਦਾ ਹੀ ਨੀਗਾ ਹਟਦਾ ਹੀ ਨੀਗਾ ਹਾਂਜੀ ਅਸੀਂ ਕਿਪਸ ਮਾਰਕੀਟ ਤਾਂ ਹੁਣ ਸਾਰੇ ਐਕਸਪਲੋਰ ਕਰ ਲਈ ਆ ਤੇ ਘਰੇ ਚੱਲਦੇ ਆ ਟਾਈਮ ਹੋ ਗਿਆ ਵਾ 7:30 ਹਾਂ ਇੰਨਾ ਹੋ ਗਿਆ ਫੋਟੋਆਂ ਸ਼ੂਟ ਚ ਬਹੁਤ ਟਾਈਮ ਲਗਾਤਾ ਤੇ ਆਪਣੀ ਰੀ ਓਰਿਸ ਐਕਟਿਵਾ ਤੇ ਆਪਾਂ ਐਕਟਿਵਾ ਤੇ ਜਾਵਾਂਗੇ ਹਾਂਜੀ ਹੁਣ ਅਸੀਂ ਆਏ ਆ ਸੋਡਾ ਪੀਣਾ ਲਓ ਜੀ ਥੈਂਕ ਯੂ ਜੀ ਦੇਖੀ ਕੌਣ ਪੀਣਾ ਹੈ ਚੱਲ ਠੀਕ ਆ ਯੂ ਆਰ ਲੂਜ਼ਰ ਪੈਸੇ ਤੂੰ ਦੇ ਹੁਣ ਮੈਂ ਨਹੀਂ ਦੇਣੇ ਓ ਹੋ ਹੋ ਲੱਕ ਚੜ ਗਿਆ ਹਾਂਜੀ ਮੈਂ ਤੇ ਪ੍ਰਭ ਘਰੇ ਆ ਗਏ ਸੀਗੇ ਤੇ ਹੁਣ ਟਾਈਮ ਹੋ ਗਿਆ 7:15 ਹੋ ਗਏ ਨੇ ਰਾਤ ਦੇ 5:30 ਦੇ ਵੇਲੇ ਨਿਕਲੇ ਹੋਏ ਆ ਬਟ ਮਜ਼ਾ ਬਹੁਤ ਆਇਆ ਘੁੰਮ ਕੇ ਤੇ ਫੋਟੋ ਬਹੁਤ ਤੰਗ ਕਰ ਕਰਕੇ ਖਿਚਾਈ ਆ ਚੱਲ ਸਿੱਖ ਜਾਏਗਾ ਯਾਰ ਇਹਨੂੰ ਫੋਟੋਆਂ ਖਿੱਚਣੀਆਂ ਨੀ ਆਉਂਦੀਆਂ ਅਜੇ ਹੌਲੀ ਹੌਲੀ ਸਿੱਖ ਜਾਓ ਹੁਣ ਕਮੈਂਟ ਨਾ ਕਰਨ ਲੱਗ ਜਾਓ ਤੁਸੀਂ ਸਾਰੇ ਵੀਡੀਓ ਵਧੀਆ ਲੱਗੀ ਪਲੀਜ਼ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਚੈਨਲ ਨੂੰ ਤੇ ਅਗਲੇ ਵੀਕਐਂਡ ਤੇ ਆਪਾਂ ਕਿਤੇ ਹੋਰ ਜਾਵਾਂਗੇ ਬਾਕੀ ਤਬ ਤੱਕ ਲਈ ਟੇਕ ਕੇਅਰ ਬਾਏ ਬਾਏ ਸਤਿ ਸ਼੍ਰੀ ਅਕਾਲ।